चैनल बिजनेस इंडिया टीवी ते लोकदर्द चैनल देखने वाले सारे स्रोतियों नूं मेरी प्यार भरी सत श्री अकाल। दोस्तों अज असी दिल्ली आए हुए जिहड़ा कि ओलाद मल्टी मीडिया ने उरे राइड एशिया लाया होया वा वो असी वक्ख वक्ख स्टालां ते तुहानूं लैके जावांगे कि चीज़ नवीं अपना साइकिल लॉन्च की है जां की उहनां दा डिफरेंस आ सारियां स्टालां ते तुहानूं लैके जावांगे। वक्ख वक्ख जिहड़े उरे आए हुए ने विजिटर उहनां नाल भी गल करावांगे ते जिहड़े बाहरों डेलीगेट आए हुए ने उहनां नाल भी गल करावांगे ते GST लोन जी नाल भी स्पैशल असी इंटरव्यू करावांगे ते कलार साहब लुधियाने दे जिहड़े मेन इंडस्ट्रीस्ट ने सारे तकरीबन उरे पहुँचे हुए ने काफ़ी स्टालां ने काफ़ी गैदरिंग एज ए बहुत वधिया माहौल आ उरे। सो दोस्तों लो लैके चलदे आ तुहानू राइड एशिया ते। थैंक यू। ਸਾਰੀ ਜਿੰਨੀਆਂ ਬਾਈਸਾਈਕਲਸ ਹੈਗੀਆਂ ਨਾ ਅਤੇ ਸਾਰੀਆਂ ਇੰਪੋਰਟਡ ਬਾਈਸਾਈਕਲਸ ਨੇ ਅਤੇ ਜਿਹੜਾ ਫੀਨਿਕਸ ਬ੍ਰਾਂਡ ਹੈ ਕਰੀਬ 125 ਸਾਲ ਪੁਰਾਣਾ ਬ੍ਰਾਂਡ ਹੈ ਜਿਹਦੇ ਸਾਡੇ ਕੋਲ ਆਲ ਇੰਡੀਆ ਦੇ ਰਾਈਡਸ ਹੈਗੇ ਨੇ ਇਹਦੇ 'ਚ ਬੱਚਿਆਂ ਦੇ ਵੱਡਿਆਂ ਦੇ ਸਿੰਗਲ ਸਪੀਡ ਵੀ ਮਲਟੀ ਸਪੀਡ ਵੀ ਫੈਟ ਬਾਈਕ ਅੱਜ ਕੱਲ੍ਹ ਬੜਾ ਪਾਪੂਲਰ ਹੈ ਇਹ ਸਭ ਰੇਂਜ ਹੈਗੀ ਹੈ ਪਲੱਸ ਜਿਹੜੇ ਪ੍ਰੋਫੈਸ਼ਨਲ ਸਾਈਕਲ ਚਲਾਉਂਦੇ ਨੇ ਰੋਡ ਬਾਈਕਸ ਉਹ ਵੀ ਰੇਂਜ ਹੈਗੀ ਹੈ ਮਤਲਬ ਇੱਕੋ ਬ੍ਰਾਂਡ ਦੇ ਵਿੱਚ ਤੁਹਾਨੂੰ ਸਾਰੀ ਰੇਂਜ ਮਿਲ ਜਾਂਦੀ ਹੈ ਔਰ ਰੇਂਜ ਵੀ ਇਸ ਤਰ੍ਹਾਂ ਦੀ ਹੈ ਜਿਹੜੀ ਕਿ ਹਰ ਕਿਸੇ ਦੇ ਪੋਕਿਟ ਨੂੰ ਸੂਟ ਕਰਦੀ ਹੈ ਅਤੇ ਬਹੁਤ ਹਾਈ ਪ੍ਰਾਈਸ ਨਹੀਂ ਹੈਗੇ ਬਟ ਪ੍ਰੋਡਕਟ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਅੱਛੀ ਹੈ ਬਟ ਪ੍ਰਾਈਸ ਜਿਹੜੀ ਹੈ ਉਹ ਰੀਜ਼ਨੇਬਲ ਹੈ। ਸਪੈਸ਼ਲ ਕਿਹੜੇ ਲਾਂਚ ਕੀਤੇ ਆ? ਲਾਂਚ ਸਾਡੇ ਨੇ ਜਿਹੜੇ ਸਾਈਕਲਸ ਹੈਗੇ ਨੇ ਉਹ ਤੁਸੀਂ ਮਤਲਬ ਜਿਵੇਂ ਬੱਚਿਆਂ ਦਾ ਵੀ ਅਸੀਂ ਲਾਂਚ ਕੀਤਾ ਹੁਣੇ ਰੀਸੈਂਟਲੀ ਸਾਡਾ ਪ੍ਰੋਡਕਟ ਹੈਗਾ ਉਹ 'ਚ ਡਿਊਲ ਪਰਪਜ਼ ਉਹ 'ਚ ਹੈਂਡਲ ਹੈ ਉਹ ਵੀ ਵੱਡਾ ਛੋਟਾ ਹੋ ਜਾਂਦਾ ਉਹਨੂੰ ਟ੍ਰਾਈਸਾਈਕਲ ਵੀ ਬਣਾ ਸਕਦੇ ਹਾਂ ਅਸੀਂ ਉਹਨੂੰ ਬੱਚਿਆਂ ਜਿਹੜੀ ਉਹ ਸਪੀਡੀ ਹੁੰਦੀ ਹੈ ਉਹ ਵੀ ਬਣਾ ਸਕਦੇ ਹਾਂ ਅਤੇ ਪਲੱਸ ਜਿਹੜੇ ਤੁਹਾਡੇ ਨਾ ਕਿ ਇਹ 'ਚ ਮੇਨ ਹੈ ਨਾ ਜਿਹੜੀ ਕਲਰ ਅਟਰੈਕਸ਼ਨ ਹੈ ਜਿਹੜੀ ਹਰ ਕਿਸੇ ਨੂੰ ਅਟਰੈਕਟ ਕਰਦੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ ਬਸ ਕੁਆਲਿਟੀ ਜਿਹੜੀ ਹੈ ਉਹ ਕੁਆਲਿਟੀ 'ਚ ਕਿਸੇ ਵੀ ਇਹ ਨਹੀਂ ਕਹਿ ਸਕਦੇ ਆਪਾਂ ਕੋਈ ਕੁਆਲਿਟੀ 'ਚ ਕੰਪਰੋਮਾਈਜ਼ ਹੈ ਪ੍ਰਾਈਸ ਲੈਵਲ ਹੋਣ ਦੇ ਬਾਵਜੂਦ ਵੀ ਬਟ ਕੁਆਲਿਟੀ ਫਸਟ ਕਲਾਸ ਬਿਨਾ ਕੰਪਲੇਂਟ ਦੇ ਕੋਈ ਜਾਣ ਪਰ ਜਿਹੜੇ ਪ੍ਰੋਡਕਟ ਨੇ ਬਿਨਾਂ ਕੰਪਲੇਂਟ ਸਾਡੇ ਲੁਧਿਆਣਾ ਬੇਸਡ ਹੈਗੀ ਹੈ ਉੱਥੋਂ ਹੀ ਅਸੀਂ ਆਲ ਓਵਰ ਇੰਡੀਆ ਸਪਲਾਈ ਕਰਦੇ ਹਾਂ ਅਤੇ ਰੋਜ਼ਾਨਾ ਸਾਡੇ ਦੋ ਸ਼ੋਰੂਮਸ ਹੈਗੇ ਨੇ ਇੱਕ ਵਿਸ਼ਕਰਮਾ ਚੌਂਕ 'ਚ ਹੈਗਾ ਦੂਜਾ ਢੋਲੇਵਾਲ ਚੌਂਕ ਹੈਗਾ। ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ। ਮੈਂ ਹਰਮਨ ਨਵਯੁਗ ਨਾਮਧਾਰੀ ਤੋਂ ਇੱਥੇ ਅਸੀਂ ਡੇਲੀ ਐਕਸਪੋ ਦੇ ਵਿੱਚ ਨਵੇਂ ਪ੍ਰੋਡਕਟਸ ਲਾਂਚ ਕਰ ਰਹੇ ਹੈਗੇ ਹਾਂ ਜੀ ਜਿਹਦੇ ਵਿੱਚ ਹਾਈਬ੍ਰਿਡ ਬਾਈਕ ਹੈ ਜਿਹੜਾ ਇੰਡੀਆ ਦੇ ਲਈ ਸਭ ਤੋਂ ਪਹਿਲਾ ਬਾਈਕ ਹੈ ਜਿਹੜਾ ਈ ਬਾਈਕ ਹੈ ਹਾਈਬ੍ਰਿਡ ਦੇ ਵਿੱਚ ਹੈਂਡਲ ਬਾਰ ਹੈ ਸਮਾਰਟ ਹੈਂਡਲ ਬਾਰ ਹੁਣ ਆਪਣੇ ਫੋਨ ਦੇ ਨਾਲ ਤੁਸੀਂ ਚਲਾ ਸਕਦੇ ਹੋ ਲਾਈਟਾਂ ਅੱਗੇ ਵੀ ਲਾਈਟ ਲੱਗੀ ਹੈ ਪਿੱਛੇ ਵੀ ਲੱਗੀ ਹੋਈ ਹੈ ਮਲਟੀ ਇਹਦੇ ਮੋਡ ਹੈਗੇ ਨੇ ਹੋਰ ਅਸੀਂ ਕਾਫੀ ਨਵੇਂ ਸਾਈਕਲ ਲਾਂਚ ਕੀਤੇ ਹੈਗੇ ਇਸ ਐਕਸਪੋ ਦੇ ਵਿੱਚ ਅਤੇ ਆਈ ਹੋਪ ਕਸਟਮਰ ਨੂੰ ਪਸੰਦ ਆਉਣ। ਕਿਹੜੀ ਜਗ੍ਹਾ ਫਰਮ ਆਪਣਾ? ਲੁਧਿਆਣਾ ਤੋਂ ਹੈਗੇ ਫੋਕਲ ਪੁਆਇੰਟ ਹੈਗੇ ਅਸੀਂ ਲੁਧਿਆਣਾ ਤੋਂ ਨਵਯੁਗ ਨਾਮਧਾਰੀ ਐਂਟਰਪ੍ਰਾਈਜ਼। ਥੈਂਕ ਯੂ। ਮਾਈਸੈਲਫ ਮਨੀਸ਼ ਸ਼ਰਮਾ ਫਰੋਮ ਮਾਸਟਰ ਬਾਈਕ ਲੁਧਿਆਣਾ ਐਂਡ ਮੈਟ੍ਰਿਕਸ ਇਜ਼ ਆਰ ਬ੍ਰਾਂਡ The brand has been established before 7 years and doing good, very good in market. And this is a good opportunity and a good platform. This is a Ride Asia exhibition. Business opportunity is very large here. We have launched so many models, new range of kid bicycle and adult bicycle and racing bicycle also. So we are looking for the good business in Delhi or NCR area. Thank you. ਗੁੱਡ ਈਵਨਿੰਗ। ਸਾਡੀ ਫਰਮ ਦਾ ਨਾਮ ਨਰੇਨ ਇੰਟਰਨੈਸ਼ਨਲ ਹੈ। ਸਾਡਾ ਪੇਰੈਂਟ ਬ੍ਰਾਂਡ ਸਨਕ੍ਰੋਸ। ਸਾਡੇ ਕੋਲ ਹੋਰ ਵੀ ਬ੍ਰਾਂਡ ਨੇ ਲਪੀਅਰ ਫਰਾਂਸ ਤੋਂ ਜੋ ਹਾਈ ਐਂਡ ਰੇਂਜ ਹੈ ਸਾਡੀ। ਉਹ ਤੋਂ ਬਾਅਦ ਰੈਲੇ ਜੋ ਵਰਲਡ ਦਾ ਸਭ ਤੋਂ ਪੁਰਾਣਾ ਬ੍ਰਾਂਡ ਹੈ 130 ਸਾਲ ਅਤੇ ਉੱਤੇ ਦਾ ਬ੍ਰਾਂਡ ਰੈਲੇ ਉਹਦੇ ਵਿੱਚ ਸਾਡੀ ਰੇਂਜ ਹੈ ਅਤੇ ਅਸੈਸਰੀਜ਼
ਐਕਸੈਸਰੀਜ਼ ਸਾਡੇ ਕੋਲ ਨੇ ਸਭ ਤੋਂ ਜ਼ਿਆਦਾ, ਉਹਦੀ ਸਾਡੀ ਰੇਂਜ ਸਾਡੀ ਸਭ ਤੋਂ ਜ਼ਿਆਦਾ ਹੈ ਅਤੇ ਸਾਡੇ ਕੋਲ ਹਾਈ ਸਰ ਤੁਸੀਂ ਬੋਲੋ ਸਰ। ਅਸੀਂ ਨਰੇਨ ਇੰਟਰਨੈਸ਼ਨਲ ਇੱਥੇ ਅੱਜ ਡਿਸਪਲੇ 'ਤੇ ਲਗਾਇਆ ਹੈ ਸਾਡਾ, ਸਾਡੇ ਕੋਲ ਸਨਕਰੋਸ ਹੈ ਸਾਡਾ ਪੈਟ ਬ੍ਰੈਂਡ ਐਂਡ ਲਾਪੇਅਰ ਫਰੋਮ ਫਰਾਂਸ ਐਂਡ ਰੈਲੇ ਜੋ ਕਿ ਸਾਡਾ ਬ੍ਰਿਟਿਸ਼ ਦਾ ਬ੍ਰੈਂਡ ਹੈ ਜਿਹਦੇ ਅਸੀਂ ਐਕਸਕਲੂਸਿਵ ਲਾਈਸੈਂਸੀ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਮੋਰ ਦੈਨ 50 ਬ੍ਰੈਂਡਸ ਆ ਜੋ ਅਸੈਸਰੀਜ਼ ਵਿੱਚ ਹੈ ਅਤੇ ਲਾਰਜੈਸਟ ਕਲੈਕਸ਼ਨ ਆ ਅਸੈਸਰੀਜ਼ ਦਾ। ਇਸ ਤੋਂ ਇਲਾਵਾ ਸਾਡੀ ਕੰਪਨੀ ਐਕਸਪੋਰਟ ਵਿੱਚ ਪ੍ਰੋਪਰਲੀ ਇੰਗੇਜਡ ਹੈਗੀ ਹੈ ਅਤੇ ਬਸ ਥੈਂਕ ਯੂ ਸੋ ਮਚ।